ਮੈਂ ਇੱਕ ਅਪਡੇਟ ਦੱਸਣੀ ਸੀ ਤੁਹਾਨੂੰ ਜੀ। ਨਹੀਂ ਅੱਜ ਸ਼ਾਇਦ ਆਪਣਾ ਜੀ ਰਿਜ਼ਲਟ ਨਾ ਆਵੇ, ਕਿਉਂਕਿ ਜੀ ਦੇਖੋ ਟਾਈਮ ਹੋ ਗਿਆ ਕਾਫੀ, ਅਤੇ ਜੀ ਟਾਈਮ ਵੀ ਹੁਣ 2:30 ਹੋਣ ਵਾਲੇ ਆ, ਅਤੇ ਜਿਹੜਾ ਐਕਸਪੈਕਟਡ ਟਾਈਮ ਸੀਗਾ 12:30 ਜਾਂ 2:30, ਅਤੇ ਹੁਣ ਜੀ ਸ਼ਾਇਦ ਹੁਣ ਰਿਜ਼ਲਟ ਜੀ ਆਪਣਾ ਕੱਲ੍ਹ ਜਾਂ ਕੱਲ੍ਹ ਹੁਣ ਕੱਲ੍ਹ ਵਾਰ ਅਸੀਂ ਵੇਟ ਕਰ ਸਕਦੇ ਹਾਂ ਕਿ ਨਾ 8 ਮਈ ਨੂੰ ਕੀ ਪਤਾ ਸਾਡਾ ਮੈਰਿਟ ਲਿਸਟ ਅਨਾਊਂਸਮੈਂਟ ਹੋ ਸਕਦੀ ਆ, ਜਾਂ ਅਗਰ 8 ਮਈ ਨੂੰ ਵੀ ਕੱਲ੍ਹ ਨਹੀਂ ਹੋਇਆ ਤਾਂ ਫਿਰ ਚਾਂਸ ਆ ਜਿਹੜਾ ਜੀ ਉਹ 15 ਮਈ ਨੂੰ ਆ ਸਕਦਾ ਜੀ ਆਪਣਾ ਰਿਜ਼ਲਟ 12th ਕਲਾਸ ਦਾ। ਅਤੇ ਬਾਕੀ ਜੀ ਅੱਜ ਜਿਹੜਾ ਇੱਕ ਰਿਜ਼ਲਟ ਆਇਆ ਜੀ ਪੰਜਾਬੀ ਐਡੀਸ਼ਨਲ ਸਬਜੈਕਟ ਵਾਲਿਆਂ ਦਾ, ਉਹ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਸੀਗਾ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ, ਉਹ ਮੈਂ ਤੁਹਾਨੂੰ ਦਿਖਾ ਦਿੰਦਾ ਜੀ। ਆਹ ਦੇਖੋ ਜੀ, ਤੁਹਾਨੂੰ ਮੈਂ ਦਿਖਾ ਦਿੰਦਾ ਜੀ, ਆਹ ਪ੍ਰੈਸ ਨੋਟ ਰਿਗਾਰਡਿੰਗ ਐਡੀਸ਼ਨਲ ਸਬਜੈਕਟ ਰਿਜ਼ਲਟ ਅਪ੍ਰੈਲ 2019, ਇਹਦਾ ਰਿਜ਼ਲਟ ਆ ਗਿਆ ਵਾ। ਜਿਹਨੇ ਜਿਹਨਾਂ ਵੀਰਾਂ ਨੇ ਵੀ ਪੰਜਾਬੀ ਐਡੀਸ਼ਨਲ ਸਬਜੈਕਟ ਦੇ ਰਿਜ਼ਲਟ ਦਿੱਤੇ ਸੀਗੇ ਉਹਨਾਂ ਦਾ ਇੱਥੇ ਰਿਜ਼ਲਟ ਆ ਗਿਆ ਵਾ 2018 'ਚ ਅਪ੍ਰੈਲ ਜਨਵਰੀ ਜਿਹੜੇ ਵੀ ਮਹੀਨੇ 'ਚ ਦਿੱਤਾ ਸੀਗਾ ਜੀ, ਅਤੇ ਉਹ ਇੱਥੋਂ ਆਪਣਾ ਮਤਲਬ ਰਿਜ਼ਲਟ ਦੇਖ ਸਕਦੇ ਨੇ। ਬਾਕੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਬਾਕੀ ਅਗਰ ਕੋਈ ਵੀ ਅਪਡੇਟ ਆਉਂਦੀ ਹੈ ਜੀ ਤਾਂ ਮੈਂ ਤੁਹਾਨੂੰ ਉਹ ਦੱਸਾਂਗਾ ਲਗਾਤਾਰ। ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਸਬਸਕ੍ਰਾਈਬ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ।